ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ ਪੰਜਾਬੀ ਟੋਟਕੇ ਤੇ ਉਪਾਅ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ। ਇੱਕ ਹੋਰ ਟੈਰੋ ਕਾਰਡ ਰੀਡਿੰਗ ਦੀ ਵੀਡੀਓ ਲੈ ਕੇ ਅਸੀਂ ਤੁਹਾਡੇ ਸਾਹਮਣੇ ਹਾਜ਼ਰ ਹਾਂ। ਅੱਜ ਦੀ ਰੀਡਿੰਗ ਇੱਕ ਡਿਮਾਂਡਿੰਗ ਇੱਕ ਰਿਕੁਐਸਟਿਡ ਵੀਡੀਓ ਹੈ। ਮੈਨੂੰ ਬਹੁਤ ਸਾਰੇ ਕਮੈਂਟਸ ਆਏ ਸਨ ਕਿ ਤੁਸੀਂ ਸਾਲ ਖਤਮ ਹੋਣ ਤੋਂ ਪਹਿਲੇ ਜਿਹੜੇ 2-2.5 ਮਹੀਨੇ ਬੱਚੇ ਹਨ, 2.25 ਮਹੀਨੇ ਬੱਚੇ ਹਨ, ਹੈ ਨਾ, 2-2.25 ਮਹੀਨੇ ਬੱਚੇ ਹਨ, ਤਾਂ ਤੁਸੀਂ ਉਸ ਦੇ ਉੱਤੇ ਇੱਕ ਰੀਡਿੰਗ ਬਣਾਓ ਕਿ ਸਾਡੇ ਵਾਸਤੇ ਪਰਮਾਤਮਾ ਵੱਲੋਂ ਕੀ ਮੈਸੇਜ ਆ ਰਹੇ ਹਨ, ਕੀ ਗਾਈਡੈਂਸ ਹੈ, ਕੀ ਐਡਵਾਈਸ ਹੈ। ਠੀਕ ਹੈ, ਸੋ ਮੈਂ ਇਸ ਟੋਪਿਕ 'ਤੇ ਵੀਡੀਓ ਅੱਜ ਤੁਹਾਡੇ ਵਾਸਤੇ ਲੈ ਕੇ ਆਈ ਹਾਂ। ਮੈਨੂੰ ਨਹੀਂ ਪਤਾ ਕਿ ਰੀਡਿੰਗ ਵਿੱਚ ਕੀ ਆਉਣ ਵਾਲਾ ਹੈ, ਕੀ ਨਹੀਂ ਆਉਣ ਵਾਲਾ ਹੈ, ਪਰ ਮੈਂ ਤੁਹਾਨੂੰ ਇੰਨਾ ਬੋਲ ਦਿੰਦੀ ਹਾਂ ਕਿ ਕੁਝ ਲੋਕਾਂ ਵਾਸਤੇ ਇਹ ਬਹੁਤ ਅੱਛੀ ਫਾਇਦੇਮੰਦ ਵੀਡੀਓ ਹੋ ਸਕਦੀ ਹੈ, ਹੈ ਨਾ। ਜੋ ਚੀਜ਼ਾਂ ਸਾਨੂੰ ਨਹੀਂ ਪਤਾ ਔਰ ਜੋ ਅਸੀਂ ਸੋਚਿਆ ਹੋਇਆ ਹੈ ਉਹ ਹੋਣਾ ਹੈ ਜਾਂ ਨਹੀਂ ਹੋਣਾ ਹੈ, ਜੇ ਨਹੀਂ ਹੋਣਾ ਹੈ ਤਾਂ ਕਿਉਂ ਨਹੀਂ ਹੋਣਾ, ਇਹ ਪੂਰਾ ਦਿਖਾਇਆ ਜਾਏਗਾ। ਠੀਕ ਹੈ, ਰੀਡਿੰਗ ਵਿੱਚ ਅਤੇ ਜੇ ਤੁਹਾਡਾ ਕੁਛ ਵਰਸਟ ਵੀ ਆਉਂਦਾ ਹੈ ਨਾ ਤਾਂ ਘਬਰਾਉਣ ਦੀ ਜ਼ਰੂਰਤ ਨਹੀਂ ਹੁੰਦੀ ਹੈ, ਮੈਂ ਤੁਹਾਨੂੰ ਰੈਮਡੀ ਉਪਾਅ ਵੀ ਜ਼ਰੂਰ ਦੱਸਾਂਗੀ। ਠੀਕ ਹੈ ਜੀ, ਅਤੇ ਚਲੋ ਜੀ ਸ਼ੁਰੂਆਤ ਕਰਦੇ ਹਾਂ ਰੀਡਿੰਗ ਦੀ। ਉਸ ਤੋਂ ਪਹਿਲੇ ਤੁਸੀਂ ਪਾਇਲ ਅੱਜ ਚੁਣਨਾ ਹੈ। ਇਹ ਮੈਂ ਤੁਹਾਨੂੰ ਆਪਣੀ ਵੀਡੀਓ ਦੀ ਸਕਰੀਨ 'ਤੇ ਦਿਖਾ ਰਹੀ ਹਾਂ, ਪਾਇਲ ਨੰਬਰ 1 ਅਤੇ ਪਾਇਲ ਨੰਬਰ 2। ਇਹਨਾਂ ਦੋਨਾਂ ਵਿੱਚੋਂ ਜੋ ਤੁਹਾਨੂੰ ਅਟਰੈਕਟ ਕਰ ਰਿਹਾ ਹੈ, ਜੋ ਤੁਹਾਡੀ ਅੱਖਾਂ ਦੇ ਲੱਗ ਰਿਹਾ ਹੈ, ਜੋ ਸ਼ਾਂਤੀ ਦੇ ਰਿਹਾ ਹੈ, ਤੁਹਾਨੂੰ ਆਪਣੇ ਵੱਲ ਖਿੱਚ ਰਿਹਾ ਹੈ, ਉਸ ਪਾਇਲ ਨੂੰ ਤੁਸੀਂ ਚੁਣ ਲੈਣਾ ਹੈ। ਚਲੋ ਜੀ, ਮੈਨੂੰ ਉਮੀਦ ਹੈ ਕਿ ਤੁਸੀਂ ਆਪਣਾ ਪਾਇਲ ਚੁਣ ਲਿੱਤਾ ਹੋਏਗਾ ਅਤੇ ਰੀਡਿੰਗ ਸ਼ੁਰੂ ਕਰਦੇ ਹਾਂ। ਪਾਇਲ ਨੰਬਰ 1 ਜਿਨ੍ਹਾਂ ਨੇ ਚੁਣਿਆ ਹੈ ਉਹਨਾਂ ਦਾ ਮੈਂ ਦੇਖ ਲੈਂਦੀ ਹਾਂ ਕੀ ਆ ਰਹੀ ਹੈ ਰੀਡਿੰਗ। ਪਲੀਜ਼ ਯੂਨੀਵਰਸ, ਪਲੀਜ਼ ਗਾਈਡ ਅਸ ਫੋਰ ਪਾਇਲ ਨੰਬਰ 1। ਓਕੇ, ਪਾਇਲ ਨੰਬਰ 1, ਮੈਨੂੰ ਨਾ ਇਹ ਕਾਰਡਸ ਦੇਖ ਕੇ ਨਾ ਬਹੁਤ ਸ਼ਾਂਤੀ ਜੀ ਫੀਲ ਹੋ ਰਹੀ ਹੈ। ਠੀਕ ਹੈ, ਉਸ ਤੋਂ ਜ਼ਿਆਦਾ ਮੈਨੂੰ ਇਹ ਦਿਖਾਈ ਦੇ ਰਿਹਾ ਹੈ ਕਿ ਜੋ ਪਾਇਲ ਨੰਬਰ 1 ਵਾਲੇ ਲੋਕ ਹਨ, ਜੋ ਵੀਡੀਓ ਦੇਖ ਰਹੇ ਹਨ, ਰੀਡਿੰਗ ਦੇਖ ਰਹੇ ਹਨ, ਉਹਨਾਂ ਦੇ ਮਨ ਵਿੱਚ ਇਸ ਤੋਂ ਜ਼ਿਆਦਾ ਸ਼ਾਂਤੀ ਹੈ। ਐਮ ਆਈ ਓਕੇ? ਠੀਕ ਹੈ, ਜੇ ਰੈਜ਼ੋਨੇਟ ਹੋਇਆ ਹੈ ਤਾਂ ਜ਼ਰੂਰ ਮੈਨੂੰ ਦੱਸਣਾ, ਕਿਉਂਕਿ ਮੈਨੂੰ ਦਿਖਾਈ ਦੇ ਰਿਹਾ ਹੈ ਕਿ ਤੁਸੀਂ ਨਾ ਬਹੁਤ ਹੀ ਜ਼ਿਆਦਾ ਜਿਨ੍ਹਾਂ ਨੂੰ ਨਾ ਝੂਠ ਬੋਲਣਾ ਬਿਲਕੁਲ ਪਸੰਦ ਨਹੀਂ ਹੈ, ਫਰੇਬ ਕਰਨਾ ਬਿਲਕੁਲ ਪਸੰਦ ਨਹੀਂ ਹੈ, ਇਸ ਦੇ ਨਾਲ ਨਾਲ ਜੇ ਕੋਈ ਤੁਹਾਡੇ ਨਾਲ ਕੋਈ ਝੂਠ ਬੋਲਦਾ ਹੈ ਨਾ ਜਾਂ ਫਰੇਬ ਕਰਦਾ ਹੈ, ਤਾਂ ਕਿਤੇ ਨਾ ਕਿਤੇ ਤੁਸੀਂ ਉਹਨਾਂ ਤੋਂ ਜਾਂ ਤਾਂ ਦੂਰੀ ਬਣਾ ਲੈਂਦੇ ਹੋ ਜਾਂ ਉਹਨਾਂ ਤੋਂ ਤੁਸੀਂ ਉਹਨਾਂ ਲੋਕਾਂ ਨੂੰ ਹੀ ਆਪਣੇ ਤੋਂ ਦੂਰ ਕਰ ਦਿੰਦੇ ਹੋ। ਤੁਸੀਂ ਬਹੁਤ ਸੁਲਝੇ ਹੋਏ ਇਨਸਾਨ ਹੋ, ਤੁਹਾਨੂੰ ਕੋਈ ਵੀ ਸੀਕਰੇਟ ਰੱਖਣਾ ਬਿਲਕੁਲ ਵੀ ਪਸੰਦ ਨਹੀਂ ਹੈ। ਇਸ ਦੇ ਨਾਲ ਨਾਲ ਮੈਂ ਇਹ ਫੀਲ ਕਰ ਪਾ ਰਹੀ ਹਾਂ ਪਾਇਲ ਨੰਬਰ 1 ਤੁਹਾਡੇ ਵਾਸਤੇ ਕਿ ਤੁਸੀਂ ਨਾ ਆਪਣੇ ਵਾਸਤੇ ਬਹੁਤ ਘੱਟ ਸੋਚਦੇ ਹੋ ਅਤੇ ਆਪਣੇ ਲਵਡ ਵਨਸ, ਜਿਸ ਤਰ੍ਹਾਂ ਕਿ ਭਾਵੇਂ ਤੁਹਾਡੇ ਮੰਮੀ ਪਾਪਾ ਹੋਣ, ਤੁਹਾਡੇ ਭੈਣ ਭਰਾ ਹੋਣ, ਜਾਂ ਫਿਰ ਜੇ ਮੈਰਿਡ ਹੋ ਤਾਂ ਤੁਹਾਡੀ ਵਾਈਫ ਹੋ ਗਈ, ਠੀਕ ਹੈ, ਤੁਹਾਡੇ ਬੱਚੇ ਹੋ ਗਏ, ਉਹਨਾਂ ਵਾਸਤੇ ਆਪਣੀ ਫੈਮਿਲੀ ਦੇ ਲਈ ਤੁਸੀਂ ਜ਼ਿਆਦਾ ਸੋਚਦੇ ਹੋ, ਆਪਣੀ ਇੰਨੀ ਪਰਵਾਹ ਨਹੀਂ ਕਰਦੇ ਹੋ, ਮੈਂ ਕਹਿਣਾ ਚਾਹਾਂਗੀ। ਈਵਨ ਕਿ ਤੁਸੀਂ ਜੋ ਕਹਿ ਸਕਦੇ ਹੋ ਕਿ ਗਲੀ ਮੁਹੱਲੇ ਵਿੱਚ ਜੋ ਚੀਜ਼ਾਂ ਸਬਜ਼ੀ ਵੇਚਣ ਆਉਂਦੇ ਹਨ ਜਾਂ ਕੋਈ ਹੋਰ ਚੀਜ਼ ਵੇਚਣ ਆਉਂਦੇ ਹਨ, ਜੋ ਠੇਲਾ ਲਗਾਉਂਦੇ ਹਨ, ਤੁਸੀਂ ਉਹਨਾਂ ਦੇ ਬਾਰੇ ਵੀ, ਉਹਨਾਂ ਦੇ ਲਈ ਵੀ ਇੱਕ ਸੌਫਟ ਕੋਰਨਰ ਰੱਖਦੇ ਹੋ ਕਿ ਤੁਹਾਨੂੰ ਉਹਨਾਂ ਨੂੰ ਦੇਖ ਕੇ ਵੀ ਨਾ ਬੜਾ ਦੁੱਖ ਹੁੰਦਾ ਹੈ ਕਿ ਇਹਨਾਂ ਦੀ ਲਾਈਫ ਕਿੰਨੀ ਔਖੀ ਹੈ, ਕਿੰਨੀ ਮੁਸ਼ਕਿਲ ਹੈ, ਹੈ ਨਾ, ਕਿ ਕਾਸ਼ ਮੈਂ ਇਹਨਾਂ ਵਾਸਤੇ ਕੁਛ ਕਰ ਸਕਦਾ ਜਾਂ ਕਰ ਸਕਦੀ। ਈਵਨ ਕਿ ਜੋ ਗਲੀ ਵਿੱਚ ਜਾਨਵਰ ਨਿਕਲਦੇ ਹਨ ਨਾ, ਤੁਸੀਂ ਉਹਨਾਂ ਨੂੰ ਦੇਖਦੇ ਹੋ ਤਾਂ ਉਹਨਾਂ ਨੂੰ ਦੇਖ ਕੇ ਵੀ ਤੁਹਾਨੂੰ ਬਹੁਤ ਦੁੱਖ ਹੁੰਦਾ ਹੈ। ਮਤਲਬ ਇਨ ਸ਼ੋਰਟ ਮੈਂ ਕਹਿਣਾ ਚਾਹਾਂਗੀ ਕਿ ਬਹੁਤ ਹੀ ਕਾਇੰਡ ਹਾਰਟਿਡ ਤੁਸੀਂ ਹੋ, ਬਹੁਤ ਹੀ ਅੱਛੇ ਦਿਲ ਦੇ ਅਤੇ ਬਹੁਤ ਹੀ ਅੱਛੇ ਵਿਚਾਰ ਹੈ ਤੁਹਾਡੇ ਪਾਇਲ ਨੰਬਰ 1। ਅੱਛਾ ਜੀ, ਦੇਖੋ ਇੱਥੇ ਬੜਾ ਹੀ ਇੱਕ ਸਪੈਸ਼ਲ ਮੈਸੇਜ ਤੁਹਾਡੇ ਵਾਸਤੇ ਆ ਰਿਹਾ ਹੈ। ਠੀਕ ਹੈ, ਅਤੇ ਯੂਨੀਵਰਸ ਤੁਹਾਨੂੰ ਦੱਸ ਰਹੇ ਹਨ ਕਿ ਕੁਝ ਲੋਕ ਐਸੇ ਹਨ ਜੋ ਤੁਹਾਡੇ ਹੀ ਕਰੀਬੀ ਹਨ। ਠੀਕ ਹੈ, ਤੁਹਾਡੇ ਰਿਸ਼ਤੇਦਾਰ ਵੀ ਹੋ ਸਕਦੇ ਹਨ, ਤੁਹਾਡੇ ਦੋਸਤ ਵੀ ਹੋ ਸਕਦੇ ਹਨ, ਠੀਕ ਹੈ, ਫੈਮਿਲੀ ਮੈਂਬਰ ਵੀ ਹੋ ਸਕਦੇ ਹਨ, ਕਿ ਮਤਲਬ ਉਹ ਨਾ ਤੁਹਾਡੇ ਤੋਂ ਹੀ ਲੈਂਦੇ ਹਨ। ਠੀਕ ਹੈ, ਪੈਸਾ ਵੀ ਹੋ ਸਕਦਾ ਹੈ ਜਾਂ ਕੁਛ, ਮਤਲਬ ਕੋਈ ਵੀ ਹੈਲਪ ਹੋ ਸਕਦੀ ਹੈ, ਤੁਹਾਡੇ ਤੋਂ ਹੀ ਲੈਂਦੇ ਹਨ ਅਤੇ ਤੁਹਾਡਾ ਹੀ ਫਾਇਦਾ ਉਠਾਉਂਦੇ ਹਨ, ਤੁਹਾਡੀਆਂ ਹੀ ਗੱਲਾਂ ਕਰਦੇ ਹਨ। ਹੁਣ ਦੇਖੋ ਜਿਸ ਤਰ੍ਹਾਂ ਦੀ ਤੁਹਾਡੀ ਨੇਚਰ ਹੈ, ਤੁਹਾਡਾ ਸੁਭਾਅ ਹੈ, ਜਿਸ ਤਰ੍ਹਾਂ ਕਿ ਮੈਂ ਕਿਹਾ ਬੜੇ ਦਿਆਲੂ ਸੁਭਾਅ ਦੇ ਹੋ ਤੁਸੀਂ, ਤਾਂ ਉਸਦੇ ਹੁਣ ਫਾਇਦੇ ਵੀ ਹਨ ਅਤੇ ਨੁਕਸਾਨ ਵੀ ਹਨ। ਨੁਕਸਾਨ ਮੈਂ ਤੁਹਾਨੂੰ ਦੱਸਦਾ, ਜੋ ਪਰਮਾਤਮਾ ਤੁਹਾਨੂੰ ਮੈਸੇਜ ਦੇ ਰਹੇ ਹਨ ਕਿ ਤੁਹਾਡੇ ਤੋਂ ਹੀ ਲੈਂਦੇ ਹਨ ਪੈਸਾ, ਹੈਲਪ, ਮਦਦ ਅਤੇ ਤੁਹਾਡੀਆਂ ਹੀ ਗੱਲਾਂ ਕਰਦੇ ਹਨ। ਠੀਕ ਹੈ,
ਤੇ ਇਸ ਦੇ ਉੱਪਰ ਪਤਾ ਸਭ ਤੋਂ ਇੰਪੋਰਟੈਂਟ ਗੱਲ ਕੀ ਹੈ ਕਿ ਤੁਹਾਨੂੰ ਸ਼ਾਇਦ ਅੰਦਰੋਂ ਪਤਾ ਵੀ ਹੈ ਕਿ ਇਹ ਲੋਕ ਮੇਰਾ ਫਾਇਦਾ ਉਠਾ ਰਹੇ ਹਨ ਜਾਂ ਮੇਰੇ ਨਾਲ ਗਲਤ ਕਰ ਰਹੇ ਹਨ, ਪਰ ਤੁਸੀਂ ਉਹਨਾਂ ਨੂੰ ਕੁਝ ਕਹਿ ਨਹੀਂ ਪਾਉਂਦੇ ਹੋ। ਠੀਕ ਹੈ, ਹੁਣ ਮੈਂ ਇੱਥੇ ਤੁਹਾਨੂੰ ਇੱਕ ਗੱਲ ਕਹਿਣਾ ਚਾਹਾਂਗੀ ਕਿ ਅੱਛੇ ਦਿਲ ਦੇ ਹੋਣ ਦੇ ਬਾਵਜੂਦ ਵੀ ਤੁਸੀਂ ਇਸ ਤਰ੍ਹਾਂ ਦੇ ਬਿਲਕੁਲ ਵੀ ਨਹੀਂ ਹੋ ਕਿ ਮੇਰਾ ਭਲਾ ਹੋ ਜਾਵੇ ਦੂਸਰੇ ਦਾ ਬੁਰਾ ਹੋ ਜਾਵੇ, ਨਾ ਬਿਲਕੁਲ ਇਸ ਤਰ੍ਹਾਂ ਦੇ ਨਹੀਂ ਹੋ। ਪਰ ਫਿਰ ਵੀ ਇੱਥੇ ਇਸ ਤਰ੍ਹਾਂ ਦੀ ਐਨਰਜੀਜ ਆ ਰਹੀਆਂ ਹਨ ਕਿ ਤੁਸੀਂ ਆਪਣੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਦੁੱਖ ਦੇਖੇ ਹਨ, ਤੁਸੀਂ ਕਿਸੇ ਦਾ ਮਾੜਾ ਨਹੀਂ ਚਾਹਿਆ, ਸਭ ਦਾ ਅੱਛਾ ਹੀ ਚਾਹੁੰਦੇ ਹੋ। ਠੀਕ ਹੈ, ਫਿਰ ਵੀ ਤੁਸੀਂ ਦੁੱਖ ਦੇਖੇ ਹਨ, ਕਿਉਂਕਿ ਦੇਖੋ ਤੁਹਾਡੇ ਨਾਲ ਪਤਾ ਕੀ ਹੋ ਜਾਂਦਾ, ਤੁਸੀਂ ਸੋਚਿਆ ਵੀ ਨਹੀਂ ਹੁੰਦਾ ਸਭ ਕੁਝ ਅੱਛਾ ਚੱਲ ਰਿਹਾ ਹੁੰਦਾ, ਤਾਂ ਅਨਐਕਸਪੈਕਟਿਡ ਕੁਝ ਐਸਾ ਹੋ ਜਾਂਦਾ ਤਾਂ ਤੁਸੀਂ ਸੋਚਣ 'ਤੇ ਮਜਬੂਰ ਹੋ ਜਾਂਦੇ ਹੋ ਕਿ ਕੀ ਹੋ ਰਿਹਾ ਮੇਰੇ ਨਾਲ, ਕਿ ਕੋਈ ਹੈ ਨਹੀਂ ਹੈ ਕਿ ਜੋ ਮੈਨੂੰ ਦੇਖੇ ਕਿ ਪਰਮਾਤਮਾ ਕਿੱਧਰ ਹੈ, ਕਿਉਂ ਮੈਨੂੰ ਪਰਮਾਤਮਾ ਇੰਨੇ ਦੁੱਖ ਦੇ ਰਿਹਾ ਹੈ, ਹੈ ਨਾ। ਇਸ ਤਰ੍ਹਾਂ ਦਾ ਤੁਹਾਡੇ ਦਿਮਾਗ ਵਿੱਚ ਗੱਲਾਂ ਆਉਂਦੀਆਂ ਹਨ, ਕਿਉਂਕਿ ਜਦੋਂ ਵੀ ਇੱਕ ਤੋਂ ਬਾਅਦ ਇੱਕ ਕੋਈ ਦੁੱਖ ਆਉਂਦੇ ਹਨ, ਹੈ ਨਾ, ਤਾਂ ਇਨਸਾਨ ਟੁੱਟ ਜਾਂਦਾ ਹੈ। ਪਰ ਤੁਸੀਂ ਸਭ ਤੋਂ ਮਹੱਤਵਪੂਰਨ ਗੱਲ ਇੱਥੇ ਮੈਂ ਸਟਰੋਂਗਲੀ ਫੀਲ ਕਰ ਪਾ ਰਹੀ ਹਾਂ ਕਿ ਤੁਸੀਂ ਲੱਗੇ ਰਹੇ, ਹਾਰੇ ਬਿਲਕੁਲ ਵੀ ਨਹੀਂ। ਸੋਰੀ ਗਾਈਜ਼, ਇਹ ਥੋੜ੍ਹਾ ਜਿਹਾ ਸਾਡੇ ਘਰ ਦੇ ਇੱਧਰ ਮੁਰੰਮਤ ਦਾ ਕੰਮ ਚੱਲ ਰਿਹਾ ਹੈ ਤਾਂ ਥੋੜ੍ਹੀ ਜਿਹੀ ਡਿਸਟਰਬੈਂਸ ਤੁਹਾਨੂੰ ਆ ਰਹੀ ਹੋਏਗੀ, ਸੋ ਉਸਨੂੰ ਇਗਨੋਰ ਕਰਨਾ ਜੀ। ਠੀਕ ਹੈ, ਓਕੇ ਜੀ। ਮਤਲਬ ਤੁਸੀਂ ਹਾਰੇ ਨਹੀਂ, ਅਤੇ ਇਹ ਹੀ ਜੋ ਤੁਸੀਂ ਹਾਰਦੇ ਨਹੀਂ ਹੋ ਨਾ, ਫਿਰ ਉੱਠ ਕੇ ਖੜ੍ਹੇ ਹੋ ਜਾਂਦੇ ਹੋ, ਤਾਂ ਪਰਮਾਤਮਾ ਨੂੰ ਇਹ ਤੁਹਾਡੀ ਆਦਤ ਬਹੁਤ ਅੱਛੀ ਲੱਗਦੀ ਹੈ। ਮੈਂ ਇੱਥੇ ਸਟਰੋਂਗਲੀ ਫੀਲ ਕਰ ਪਾ ਰਹੀ ਹਾਂ ਕਿ ਪਰਮਾਤਮਾ ਦੀ ਅੱਖਾਂ ਵਿੱਚ ਅੱਥਰੂ ਆ ਜਾਂਦੇ ਹਨ ਜਦੋਂ ਵੀ ਤੁਹਾਨੂੰ ਦੇਖੋ ਦੁੱਖ ਤਕਲੀਫ ਆਉਂਦੀ ਹੈ ਨਾ। ਇਹ ਦੇਖੋ ਪਰਮਾਤਮਾ ਦਾ ਕਹਿ ਲਓ ਤੁਸੀਂ ਕਹੋਗੇ ਕਿ ਕਿਉਂ ਪਰਮਾਤਮਾ ਮੈਨੂੰ ਦੁੱਖ ਦਿੰਦੇ ਹਨ, ਫਿਰ ਉਹਨਾਂ ਦੀ ਅੱਖਾਂ 'ਚ ਆਂਸੂ ਆਉਂਦੇ ਹਨ, ਕਿਉਂਕਿ ਤੁਸੀਂ ਉਹਨਾਂ ਦੇ ਕਹਿ ਸਕਦੇ ਹੋ ਕਿ ਲਾਡਲੇ ਬੱਚੇ ਹੋ। ਠੀਕ ਹੈ, ਅਤੇ ਜਦੋਂ ਸਾਡਾ ਜੋ ਬੱਚਾ ਲਾਡਲਾ ਹੁੰਦਾ ਹੈ ਉਹਨੂੰ ਕੋਈ ਦੁੱਖ ਤਕਲੀਫ ਹੁੰਦਾ ਹੈ ਤਾਂ ਸਾਨੂੰ ਦੁੱਖ ਹੁੰਦਾ ਹੀ ਹੈ ਨਾ। ਇਸੇ ਤਰ੍ਹਾਂ ਸੇਮ ਪਰਮਾਤਮਾ ਨੂੰ ਵੀ ਦੁੱਖ ਹੁੰਦਾ ਹੈ, ਪਰ ਜਦੋਂ ਤੁਸੀਂ ਉੱਠ ਕੇ ਦੁਬਾਰਾ ਖੜ੍ਹੇ ਹੋ ਜਾਂਦੇ ਹੋ ਨਾ, ਤਾਂ ਉਹਨਾਂ ਦੇ ਅੱਖਾਂ 'ਚੋਂ ਇੱਕ ਦੋ ਅੱਥਰੂ ਮੋਤੀ ਵਾਂਗ ਗਿਰਦੇ ਹਨ, ਕਿਉਂਕਿ ਉਹਨਾਂ ਨੂੰ ਖੁਸ਼ੀ ਹੁੰਦੀ ਹੈ ਕਿ ਮੈਂ ਇਸ ਬੱਚੇ ਦੀ ਜੋ ਪ੍ਰੀਖਿਆ ਲੈ ਰਿਹਾ ਹਾਂ ਕਦੀ ਵੀ ਹਾਰਦੀ ਨਹੀਂ ਹੈ, ਉੱਠ ਕੇ ਦੁਬਾਰਾ ਖੜ੍ਹੀ ਹੋ ਜਾਂਦੀ ਹੈ। ਇਹ ਤਾਂ ਅਸੀਂ ਦੇਖੋ ਤੁਹਾਡੀ ਜੋ ਮੈਂ ਦੱਸ ਰਹੀ ਹਾਂ ਇਹ ਪਰਿਸਥਿਤੀ, ਤੁਸੀਂ ਕਿਸ ਤਰ੍ਹਾਂ ਦੇ ਹੋ, ਕਿਸ ਤਰ੍ਹਾਂ ਦੀ ਨੇਚਰ ਹੈ, ਕਿਸ ਤਰ੍ਹਾਂ ਦਾ ਤੁਹਾਡੇ ਨਾਲ ਯੂਨੀਵਰਸ, ਤੁਹਾਨੂੰ ਪਰਮਾਤਮਾ ਤੁਹਾਡੇ ਲਈ ਦੇਖੋ ਇੰਨੀ ਸਟਰੋਂਗਲੀ ਇੱਥੇ ਐਨਰਜੀ ਆਈ ਹੈ ਕਿ ਤੁਹਾਡੇ ਵਾਸਤੇ ਜਦੋਂ ਖੁਸ਼ ਹੁੰਦੇ ਹਨ ਤਾਂ ਉਹਨਾਂ ਦੀ ਅੱਖਾਂ 'ਚੋਂ ਅੱਥਰੂ ਨਿਕਲਦੇ ਹਨ, ਤਾਂ ਜਿਨ੍ਹਾਂ ਦੇ ਵੀ ਮਨ ਵਿੱਚ ਇਸ ਤਰ੍ਹਾਂ ਦਾ ਵਿਚਾਰ ਚੱਲਦਾ ਹੈ ਕਿ ਕਿਉਂ ਮੇਰੇ ਨਾਲ ਇਸ ਤਰ੍ਹਾਂ ਹੁੰਦਾ ਹੈ, ਤਾਂ ਉਹ ਵਿਚਾਰ ਅੱਜ ਤੋਂ ਕਰ ਦੇਣਾ, ਕਿਉਂਕਿ ਪਰਮਾਤਮਾ ਤੁਹਾਡੇ ਨਾਲ ਹਨ। ਸਟਰੋਂਗਲੀ ਫੀਲ ਹੋਇਆ ਹੈ ਜਿਸ ਵੀ ਪਰਮਾਤਮਾ ਨੂੰ ਤੁਸੀਂ ਵਾਹਿਗੁਰੂ ਜੀ ਅੱਲਾ ਈਸ਼ਵਰ ਜਿਸ ਨੂੰ ਵੀ ਤੁਸੀਂ ਮੰਨਦੇ ਹੋ ਨਾ, ਉਹ ਤੁਹਾਡੇ ਬਿਲਕੁਲ ਨਾਲ ਹਨ। ਓਕੇ, ਪਲੀਜ਼ ਯੂਨੀਵਰਸ ਗਾਈਡ ਅਸ ਫੋਰ ਪਾਇਲ ਨੰਬਰ 1 ਦਸੰਬਰ ਤੱਕ ਉਹਨਾਂ ਦੇ ਨਾਲ ਤੁਸੀਂ ਕੁਝ ਹੋਣ ਵਾਲਾ ਹੈ, ਕੁਝ ਪੋਜ਼ਿਟਿਵ ਹੈ ਜਾਂ ਨੈਗੇਟਿਵ ਹੈ। ਓਕੇ, ਇੱਕ ਪੋਜ਼ਿਟਿਵ ਇੱਕ ਨੈਗੇਟਿਵ ਆ ਰਿਹਾ ਹੈ। ਠੀਕ ਹੈ, ਓਕੇ, ਪਹਿਲੇ ਪੋਜ਼ਿਟਿਵ ਦੱਸਾਂ ਕਿ ਨੈਗੇਟਿਵ? ਚਲੋ ਨੈਗੇਟਿਵ ਦੱਸ ਦਿੰਦੇ ਹਾਂ ਪਹਿਲੇ। ਦੇਖੋ ਨੈਗੇਟਿਵ ਵੀ ਕੁਝ ਡਰਨ ਵਾਲਾ ਨਹੀਂ ਹੈ, ਸਿਰਫ ਤੁਹਾਨੂੰ ਪਰਮਾਤਮਾ ਪਹਿਲੇ ਹੀ ਗਾਈਡੈਂਸ ਦੇ ਰਹੇ ਹਨ। ਠੀਕ ਹੈ, ਸਾਵਧਾਨ ਰਹਿਣ ਵਾਸਤੇ ਕਹਿ ਰਹੇ ਹਨ ਕਿ ਦਸੰਬਰ ਦੇ ਆਉਣ ਤੱਕ ਨਾ, ਮਤਲਬ ਨਵੰਬਰ ਦਸੰਬਰ ਜੋ ਵੀ 2.25 ਮਹੀਨੇ ਹਨ, ਇਹਨਾਂ ਮਹੀਨਿਆਂ ਵਿੱਚ ਤੁਸੀਂ ਕੋਈ ਫੈਸਲਾ ਲੈਣ ਵਾਲੇ ਹੋ। ਠੀਕ ਹੈ, ਅਤੇ ਉਹ ਫੈਸਲਾ ਸ਼ਾਇਦ ਤੁਹਾਡਾ ਗਲਤ ਹੋ ਸਕਦਾ ਹੈ। ਇੱਥੇ ਇਹ ਨਹੀਂ ਕਿਹਾ ਜਾ ਰਿਹਾ, ਦੇਖੋ ਇਸ ਤਰ੍ਹਾਂ ਦੇ ਕਾਰਡਸ ਆਏ ਹਨ, ਇਹ ਨਹੀਂ ਕਿਹਾ ਜਾ ਰਿਹਾ ਕਿ ਤੁਸੀਂ ਫੈਸਲਾ ਹੀ ਨਾ ਲਓ। ਦੇਖੋ ਹੁਣ ਇੱਥੇ ਫੈਸਲਾ ਕਿਹੜਾ ਦੱਸਿਆ ਜਾ ਰਿਹਾ, ਹੋ ਸਕਦਾ ਹੈ ਆਪਣੇ ਕਰੀਅਰ ਵਾਸਤੇ, ਜੋਬ ਵਾਸਤੇ, ਆਪਣੀ ਲਵ ਲਾਈਫ ਵਾਸਤੇ, ਠੀਕ ਹੈ, ਜਾਂ ਪ੍ਰੋਪਰਟੀ ਵਾਸਤੇ। ਠੀਕ ਹੈ, ਕਈ ਵਾਰੀ ਹੁੰਦਾ ਕਿ ਅਸੀਂ ਪ੍ਰੋਪਰਟੀ ਖਰੀਦਣੀ ਹੈ ਜਾਂ ਕਾਰ ਖਰੀਦਣੀ ਹੈ, ਗੱਡੀ ਖਰੀਦਣੀ ਹੈ, ਅਸੀਂ ਜਲਦਬਾਜ਼ੀ ਵਿੱਚ ਲੈ ਲੈਂਦੇ ਹਾਂ ਉਹ ਚੀਜ਼, ਅਤੇ ਕਈ ਵਾਰੀ ਕੀ ਹੁੰਦਾ ਹੈ ਅਸੀਂ ਜਿਸ ਤਰ੍ਹਾਂ ਪ੍ਰੋਪਰਟੀ ਲੈ ਲਈ ਉਸਦਾ ਵਾਸਤੂ ਠੀਕ ਨਹੀਂ ਹੈ, ਹੈ ਨਾ, ਫਿਰ ਉੱਥੇ ਜਾਣ ਤੋਂ ਬਾਅਦ ਸਾਨੂੰ ਥੋੜ੍ਹੀ ਪ੍ਰੋਬਲਮ ਆਉਂਦੀ ਹੈ। ਅਤੇ ਕਿਹਾ ਜਾ ਰਿਹਾ ਹੈ ਕਿ ਹਰ ਚੀਜ਼ ਸੋਚ ਸਮਝ ਕੇ ਲਓ, ਜਿਹੜਾ ਵੀ ਫੈਸਲਾ ਹੈ, ਕੋਈ ਵੀ ਚੀਜ਼ ਨਵੀਂ ਖਰੀਦਣੀ ਹੈ ਜਾਂ ਕਿਹੜੀ ਜਗ੍ਹਾ 'ਤੇ ਤੁਸੀਂ ਇਨਵੈਸਟਮੈਂਟ ਕਰਨੀ ਹੈ ਜਾਂ ਆਪਣੀ ਫੈਮਿਲੀ ਵਾਸਤੇ ਵੀ ਤੁਸੀਂ ਕੋਈ ਫੈਸਲਾ ਲੈਣਾ ਹੈ, ਤਾਂ ਪਹਿਲੇ ਉਹਦੇ ਉੱਤੇ ਅੱਛੀ ਤਰ੍ਹਾਂ ਸੋਚ ਵਿਚਾਰ ਕਰੋ, ਜਲਦਬਾਜ਼ੀ ਬਿਲਕੁਲ ਨਾ ਕਰੋ। ਇਸ ਤਰ੍ਹਾਂ ਦਾ ਤੁਹਾਨੂੰ ਐਡਵਾਈਸ ਦਿੱਤੀ ਜਾ ਰਹੀ ਹੈ ਪਰਮਾਤਮਾ ਵੱਲੋਂ, ਯੂਨੀਵਰਸ ਵੱਲੋਂ। ਠੀਕ ਹੈ ਜੀ, ਓਕੇ, ਅਤੇ ਹੁਣ ਗੱਲ ਕਰ ਲੈਂਦੇ ਹਾਂ ਪੋਜ਼ੀਟਿਵ ਚੀਜ਼ ਦੀ ਜਿਹੜੀ ਮੈਨੂੰ ਨਜ਼ਰ ਇੱਥੇ ਆ ਰਹੀ ਹੈ। ਦੇਖੋ ਇੱਥੇ ਦਿਖਾਈ ਦੇ ਰਿਹਾ ਹੈ ਕਿ ਕੁਝ ਬਦਲਾਵ ਆ ਰਿਹਾ ਹੈ ਤੁਹਾਡੀ ਲਾਈਫ ਵਿੱਚ,
ठीक है, जो कि बदलाव तुहाडे लई बहुत ही अच्छा होएगा। बदलाव तुहाडा कुछ भी हो सकता है, जिस तरह कि मैं दस्सिया जॉब, करियर, बिजनेस, लव लाइफ संबंधी, परिवार ना संबंधी कोई भी बदलाव हो सकता है जो अच्छा होएगा। हुण इत्थे तुसी कन्फ्यूज ना हो जाना पॉइंट नंबर वन कि एक पासे तो तुसी कह रहे हो कि सोच समझ के कोई फैसला लेना और दूजे पासे कह रहे हो कि बदलाव आएगा तो फिर असी किस तरह समझ सकांगे। तब मैं पहले तुहानू इत्थे क्लीयर कर देवां, कन्फ्यूज होने की बिल्कुल जरूरत नहीं है, क्योंकि यह जिहड़ा बदलाव आएगा उहदे विच तुहाडा 1% हाथ नहीं है। तुसी कुछ भी नहीं करना, जो भी बदलाव तुहाडी लाइफ विच आ रहा है वह अपने आप ही आ जाएगा। ओके, इत्थे मैं तुहानू बदलाव भी दस दिंदी हाँ कि कहड़े कहड़े आ सकते हैं। नंबर एक ते दिखाई दे रहा है रिस्पैक्ट, तुहाडी रिस्पैक्ट वध सकती है। नंबर दो ते दिखाई दे रहा है कोई भी प्रॉपर्टी या लैंड तुसी बाय कर सकते हो। ठीक है, दिसंबर दे जिहड़े 2.25 महीने है ना, इन्हां महीनों विच तुसी कोई प्रॉपर्टी खरीद सकते हो। ठीक है, इस दे नाल नाल मैं तुहानू दस्सदा कि दो बदलाव जो मैं तुहाडी कहा है कि दिसंबर आन तक दो बदलाव तुहाडी लाइफ च आ सकते हैं। एक तां तुसी कोई गलत फैसला लैण वाले हो, उहदे बारे तुहानू परमात्मा ने पहले ही सावधान कर दिता है। दूसरा, तुहाडे लाइफ विच कोई बदलाव आ रहा है, जिस तरह कि मैं दस दिता, रिस्पैक्ट तुहाडी वध सकदी है, मान सम्मान वधेगा, प्रॉपर्टी, गड्डी या कोई लैंड तुसी खरीद सकते हो। कोई भी काम तुहाडा रुकिया होया है प्रॉपर्टी संबंधी, ठीक है, वो तुहाडा काम होंदा होया नज़र आएगा। बहुत टाइम तो तुसी कोई चीज़ खरीदनी चाह रहे हो, ठीक है, वो तुहाडी दिसंबर तक पूरी होंदी नज़र आ रही है। ते इस तो अलावा पायल नंबर वन एक मैसेज और आया है, जाते जाते मैं तुहानू दस दिंदी हाँ, जबकि मैं रीडिंग इत्थे खत्म कर लगी सी। ओके, दिसंबर तक ना देखो जी, तुहाडा पायल नंबर वन डिवाइन नाल, परमात्मा नाल जिहड़ा कनैक्शन है ना, बहुत ही सॉलिड हो जाएगा, इन्ना मजबूत हो जाएगा। इत्थे दस रहे हैं कि तुसी तुहाडा कोई उल्टा भी काम पेगा ना, तुहानू लगेगा कि हाय मैं गलती करती, अगले दिन ही तुहानू लगेगा कि कुछ पल विच ही लगेगा कि वह काम सीधा भी हो गया। किसी ना किसी तरीके परमात्मा तुहाडा वह काम सीधा करनगे। यह देखो लास्ट विच मैसेज आया है, सो पायल नंबर वन जे तुहाडी नाल ए रीडिंग जो है रेजोनेट हुई है तो जरूर मैनू कमेंट करना। तो चलो जी हुण देख लेंदे हाँ जिन्हां ने पायल नंबर टू चुनिया है। ओके ओके यूनिवर्स, प्लीज यूनिवर्स गाइड अस फॉर पायल नंबर टू। ओके 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 जी, ठीक है जी। देखो पायल नंबर टू, मैं तुहानू कह रही हाँ कि जिस तरह मैनू पायल नंबर वन वास्ते एनर्जी आई सी रीडिंग शुरू करन तो अचानक ही, कि वह उन्होंने जो मन है बहुत ही शांत है, तुहाडे वास्ते एकदम ऐसी एनर्जी आई है पायल नंबर टू कि थोड़े जे स्लो भी नहीं कहूंगी कि बहुत ही डिम दिख रहे हो तुसी मैंने, जिस तरह कि ना मतलब इच्छा शक्ति तुहाडी मरी हुई है, मतलब जिस तरह होंदा है कि जीना ही नहीं चाहते। एम आई राइट पायल नंबर टू? प्लीज़ कमेंट करके जरूर दसना, क्योंकि मैं तुहानू दसन वाली हाँ कि तुसी इस वेले किस एनर्जी विच चल रहे हो। ओके, देखो इत्थे दिखाई दे रहा है कि जिस तरह कि बस मैं निकल जावा इत्थों दी, है ना, कि मैं नहीं हुण जीना, मैं तंग आ गई हाँ या आ गया हाँ, इस तरह का गिवअप वाला थोड़ा जिहा तुहाडी एनर्जीज दिखाई दे रही हैं। गिवअप कर भी रहे हो, करना भी रहे हो तो करना भी चाहते हो। देखो ए मूँह जो मेरे निकलिया, क्योंकि करना चाहते हो पर कर नहीं पा रहे हो, क्योंकि तुहाडे सिर ते जिम्मेवारियां हैं, समझ रहे हो तुसी मेरी गल पायल नंबर टू? जिम्मेवारियां दे कारण तुसी आप गिव अप नहीं करना चाह रहे हो, तुसी छोड़ना चाह रहे हो कि सब कुछ छड़ के मैं तो चली जावां या चला जावां, पर जिम्मेवारियां दे कारण तुसी रुके हुए हो, क्योंकि तुसी इस तरह नहीं गिव अप करना चाह रहे, छड़ छुड़ के मतलब भजना नहीं चाह रहे हो कि जिंदा हाँ तो यह सब जिम्मेवारियां तो भज के चला जावा, बस तुसी यह चाह रहे हो कि परमात्मा बस सानू चुक लैन। इस तरह की एनर्जी पता नहीं क्यों मैनू पायल नंबर टू तुहाडे वास्ते नज़र आ रही हैं। कोई धोखा होया है तुहाडे नाल, किसी तरह का ना दुख, किसी तरह की कहिंदे ना कि गले विच कुछ फसिया है, कुछ ऐसा गठ कह लो या कुछ इस तरह का, मैनू पता नहीं क्यों किस पायल नंबर टू क्यों तुसी इन्ने इस तरह दे लग रहे हो। मैनू यह जो चीज़ फसी है ना तुहाडे दिल विच, तुहाडे अंतर मन विच, वो तुहानू तकलीफ दे रही है। तुसी उठ रहे हो, बैठ रहे हो, खा रहे हो, पी रहे हो, सो रहे हो, तुसी दुखी हो, वो तकलीफ दे रही है, पीड़ा दे रही है वो चीज़ तुहानू।
जिस तरह कहते हैं ना सुकून नहीं है, सुकून नहीं है, थोड़ा सुकून आराम जड़ा है ना, एक दिल का चैन होता है वह छिन्या होया है। दिल विच कोई गल है, कोई गल है दिल विच, इमोशंस नू लेके, मनी नू लेके, पैसों नू लेके, इस तरह दिया स्ट्रोंगली मैनू एनर्जीज आ रही हैं। पायल नंबर टू, तुहानू किसी ने धोखा दिता है, किसी ने थोड़ा दिल दुखाया है, थोड़िया उम्मीदा नू तोड़िया है, तुहानू बड़ी उम्मीद सी किसी तो, ते थोड़िया ओ उम्मीदा नू उस इंसान ने तोड़िया है, ते तुसी उसी चीज़ नू ना फड़ के बैठे हो। देखो जेड़े बंदे ने तुहानू परेशान किया वो तो कदों तक चला भी गया है, ठीक है, या फिर जेड़ी भी गल तो तुसी परेशान हो, इंसीडेंट जो तुहाडे नाल होया है उसनू मैनू इस तरह फील हो रहे कुछ महीने या साल भी हो गए हैं, पर तुसी हाले भी उसनू कढ़ नहीं पा रहे हो, तुसी अपने दिल विच फसा के बैठे हो, जिसके कारण ना तुहानू हुण घबराहट हो रही होएगी, एनजाइटी होंदी होएगी, ते नाल नाल ना जिवें तुहाडे कोई काम नहीं बनते होणगे जिस तरह है ना, तो तुसी परेशान होंदे हो, तो तुहानू इस तरह भी फील होता होएगा कि किसी ने साडे उत्ते मैजिक, ब्लैक मैजिक तो नहीं करता, काला जादू तो नहीं किया होया, तो इस तरह की भी मैनू एनर्जीज फील हो रही हैं। पायल नंबर टू कि तुहाडे उत्ते ना शनि की साठ सती भी चल रही है, शनि की टैया, ठीक है, तकरीबन देखो हुण 2.5 साल 6 महीने इन्ना ही समा रह गया है, इस तरह की मैनू एनर्जीज फील हो रही हैं। तुसी चाहो तो किसी एस्ट्रोलॉजर तो तुसी जाके अपनी कुंडली भी दिखा सकते हो, जरूर तुहाडी शनि की साठ सती ते टैया चल रही होएगी, ओके। ते नाल दे नाल तुहाडा राहु भी खराब चल रहा है पायल नंबर टू, देख लो ए मैसेज आ रहे हैं परमात्मा वालों, तो तुहानू देखो शनि की साठ सती चल रही है, राहु खराब चल रहा है, इस करके तुहाडे कम्मां विच जिहड़ी रुकावट आ रही है, तो तुहानू की करन की जरूरत है, ठीक है। सब तो पहले तो पायल नंबर टू तुहानू जिस तरह की तुहानू पता है शनि देव शनि महाराज की चाहते हैं, ठीक है, रूटीन हार्ड वर्क, ठीक है, एकदम डिसिप्लिन भी जो काम चाहते हैं, तो तुहानू अपनी रूटीन सैट करनी पेगी पायल नंबर टू। हुण तुहाडे नाल ना इस तरह भी हो रहा होएगा पायल नंबर टू कि तुहानू राती नींद नहीं आती होएगी, ठीक है, यह सब पता क्यों हो रहा है, यह सब चक्रास ना तुहाडे ब्लॉक हैं, ठीक है, तुसी एक्सरसाइज नहीं कर रहे, योगा नहीं कर रहे, तुहाडी रूटीन जेड़ी है ना बड़ी डिस्टर्ब है, कोई खाण दा टाइम नहीं, पीण दा टाइम नहीं, सोण दा टाइम नहीं है ना, इस तरह की तुहाडी एनर्जी चल रही हैं, इस करके तुहानू नींद नहीं आ रही। तो देखो जिस वेले तुसी सोण लगते हो तुहाडे अंदर सारी वह अपनी दुख परेशानियां, देखो सोन वेले आंदियां ही हन साडी लाइफ विच की चल रहा है वह इंसान के दिमाग च आंदी हैं, पर तुहाडे वास्ते एडवाइज है, ठीक है, परमात्मा वाहिगुरु जी अल्लाह ईश्वर वालों कि तुसी की करना है राती सोन तो पहले, ठीक है, जेड़े भी परमात्मा नू जेड़े भी गुरु नू अल्लाह ईश्वर जिस नू तुसी मनदे हो ना उन्हां दा 10 मिनट नाम लेके सोवो, ते अपनी जो भी इच्छा मैनीफेस्ट करना चाहते हो ना वो करो, ठीक है। मैं तुहानू बहुत बार दसिया है, एक बार फिर रिपीट कर दिनी हाँ, पायल नंबर टू तुहानू बहुत ज्यादा जरूरी है, पायल नंबर वन भी जे पायल नंबर टू की रीडिंग सुन रहे हैं तो वह भी जरूर करन। थैंक्स यूनिवर्स 8 बारी बोलना है, ठीक है, थैंक्स यूनिवर्स, सारिया दिशावां तो पैसा आ रहा है, साडे घर भी सुख समृद्धि आ रही है, सारिया परेशानियां तो सानू छुटकारा मिल गया है, मतलब कि जो भी तुसी चाहते हो साडा घर बन गया है, साडी गड्डी आ गई है, साडे रिलेशन अच्छा हो गया है, इस तरह बोलना है। मैं तुहानू यकीन मन के चलना दसदी हाँ कि 10 तो 15 दिनों विच जे तुसी ए रूटीन कीती ना तुसी देखोगे जो परेशानियां तुहाडियां 100% ब्लॉक कीतियां होईयां सी उहदे 80% ते आ जाणगियां, हौली हौली 70-60 करते जाओ, लगातार करते जाओ, असर देखोगे और मेरी वीडियो ते आके तुसी कमेंट करोगे। सच्ची कह रही हां, यकीन मन के चलना। पायल नंबर टू तुहाडा मंगल भी इत्थे मैनू खराब दिखाई दे रहा है क्योंकि तुहानू गुस्सा बहुत आंदा है, गुस्सा बहुत आंदा है, ते तुसी पता की करना है, चलो मैं तुहानू राहु ते शनि दा ते मैं तुहानू दसदा कि अपना रूटीन ठीक करो, डिसिप्लिन विच आ जाओ, ठीक है, मंगल नू ठीक करने वास्ते क्योंकि गुस्सा आंदा है, इस करके मंगल खराब है, इस करके गुस्सा आंदा है, सॉरी बार बार मुंह चो क्यों इस तरह निकल रहा है, तुसी उहदे वास्ते की उपाय करना है, एक जग ले लो, ठीक है, जिहदे विच तुसी पानी पींदे हो, ठीक है,
ਉਹ ਜੱਗ ਨੂੰ ਭਰ ਲਓ, ਉਹਦੇ ਅੰਦਰ ਇੱਕ ਚਾਂਦੀ ਦਾ ਸਿੱਕਾ ਪਾ ਦਿਓ। ਚਾਂਦੀ ਦਾ ਸਿੱਕਾ ਨਹੀਂ ਹੈ, ਚਾਂਦੀ ਦੀ ਕੋਈ ਵੀ ਚੀਜ਼ ਹੋਏਗੀ ਤੁਹਾਡੇ ਘਰ, ਉਸਨੂੰ ਧੋ ਕੇ ਅੱਛੀ ਤਰ੍ਹਾਂ, ਚਾਂਦੀ ਦੀ ਮੁੰਦਰੀ ਹੋਵੇ, ਚਾਂਦੀ ਦੀ ਨੱਥ ਹੋਵੇ, ਉਸ ਤੋਂ ਪਹਿਲੇ ਅੱਛੀ ਤਰ੍ਹਾਂ ਧੋ ਕੇ ਉਹਨੂੰ ਜੱਗ ਦੇ ਵਿੱਚ ਪਾ ਲਓ ਅਤੇ ਉਹ ਪਾਣੀ ਤੁਸੀਂ ਪੀਓ। ਤੁਸੀਂ ਦੇਖੋਗੇ ਕਿ ਤੁਹਾਨੂੰ ਗੁੱਸਾ ਆਉਣਾ ਵੀ ਪਾਇਲ ਨੰਬਰ 2 ਬੰਦ ਹੋ ਜਾਏਗਾ ਹੌਲੀ ਹੌਲੀ, ਠੀਕ ਹੈ। ਮੰਗਲ ਤੁਹਾਡਾ ਕੰਟਰੋਲ ਵਿੱਚ ਆ ਜਾਏਗਾ। ਇਸ ਦੇ ਨਾਲ ਨਾਲ ਜਿਸ ਤਰ੍ਹਾਂ ਕਿ ਦੱਸਿਆ, ਸ਼ਨੀ ਦੀ ਸਾੜ ਸਤੀ ਚੱਲ ਰਹੀ ਹੈ, ਢਈਆ ਚੱਲ ਰਹੀ ਹੈ ਪਾਇਲ ਨੰਬਰ 2, ਤਾਂ ਤੁਹਾਡੇ ਕੰਮਾਂ ਵਿੱਚ ਡਿਲੇ ਹੁੰਦੇ ਹੋਣਗੇ, ਤੁਹਾਡੇ ਕੰਮਾਂ ਵਿੱਚ ਦੇਰੀ ਹੁੰਦੀ ਹੋਏਗੀ, ਕੰਮ ਸਹੀ ਨਹੀਂ ਹੋ ਰਹੇ ਤੁਹਾਡੇ, ਤਾਂ ਤੁਸੀਂ ਕੀ ਕਰਨਾ ਹੈ, ਸ਼ਨੀਵਾਰ ਨੂੰ ਥੋੜ੍ਹੇ ਜਿਹੇ ਕਾਲੇ ਉੜਦ, ਠੀਕ ਹੈ, ਜੋ ਕਾਲੇ ਮਾਂ ਦੀ ਦਾਲ ਹੁੰਦੀ ਹੈ, ਜਾਂ ਕਾਲੇ ਤਿਲ ਚੜਾ ਕੇ ਆਓ, ਠੀਕ ਹੈ, ਅਤੇ ਥੋੜ੍ਹਾ ਜਿਹਾ ਕਾਲਿਆ ਤਿਲ ਦਾ ਤੇਲ ਹੁੰਦਾ ਹੈ, ਠੀਕ ਹੈ, ਕਾਲਾ ਨਹੀਂ, ਸੋਰੀ ਮੂੰਹ ਚੋਂ ਨਿਕਲਿਆ, ਤਿਲ ਦਾ ਤੇਲ ਹੁੰਦਾ ਹੈ ਅਤੇ ਨਾਲ ਦੇ ਨਾਲ ਜਾਂ ਸਰੋਂ ਦਾ ਤੇਲ, ਇਹਨਾਂ ਦੋਨਾਂ ਵਿੱਚੋਂ ਕੋਈ ਇੱਕ ਤੇਲ ਤੁਸੀਂ ਚੜਾ ਕੇ ਆਓ ਸ਼ਨੀ ਦੇ ਮੰਦਿਰ, ਅਤੇ ਤੁਸੀਂ ਦੇਖੋਗੇ ਤੁਹਾਡੇ ਜਿਹੜੇ ਕੰਮਾਂ ਵਿੱਚ ਦੇਰੀ ਹੋ ਰਹੀ ਹੈ ਜਾਂ ਕੰਮ ਬਣਦੇ ਬਣਦੇ ਵਿਗੜ ਜਾਂਦੇ ਹਨ, ਉਹ ਤੁਹਾਡੇ ਕੰਮ ਸਹੀ ਹੋਣ ਲੱਗ ਜਾਣਗੇ। ਦੇਖੋ ਇੱਥੇ ਪਰਮਾਤਮਾ ਵੱਲੋਂ ਹੀ ਦੇਖੋ ਇਸ ਤਰ੍ਹਾਂ ਦੀ ਰੀਡਿੰਗ ਆਈ ਹੈ। ਹੁਣ ਤੁਹਾਡੀ ਪਾਇਲ ਨੰਬਰ 2 ਤੁਹਾਡੀ ਲਾਈਫ ਵਿੱਚ ਪਰੇਸ਼ਾਨੀਆਂ ਹੀ ਚੱਲ ਰਹੀਆਂ ਹਨ, ਤਾਂ ਫਿਰ ਉਹੀ ਪਰਮਾਤਮਾ ਤੁਹਾਨੂੰ ਐਡਵਾਈਸ ਦੇ ਰਹੇ ਹਨ, ਗਾਈਡੈਂਸ ਦੇ ਰਹੇ ਹਨ, ਠੀਕ ਹੈ ਨਾ। ਅਤੇ ਹੁਣ ਦੇਖ ਲੈਂਦੇ ਹਾਂ ਤੁਹਾਡੇ ਵਾਸਤੇ ਮੈਸੇਜ ਹੋਰ ਕਿਹੜੇ ਹਨ ਦਸੰਬਰ ਤੱਕ, ਠੀਕ ਹੈ, ਓਕੇ। ਅੱਛਾ, ਇੱਕ ਹੋਰ ਮੈਸੇਜ ਆਇਆ ਹੈ ਮੈਨੂੰ ਕਿ ਤੁਸੀਂ ਕਾਲੇ ਕੱਪੜੇ ਪਾਉਣਾ ਘੱਟ ਕਰੋ ਪਾਇਲ ਨੰਬਰ 2, ਠੀਕ ਹੈ, ਅਤੇ ਸ਼ਨੀਵਾਰ ਕਾਲੇ ਕੱਪੜੇ ਨਾ ਪਾਓ ਤੁਸੀਂ। ਇਸ ਤੋਂ ਇਲਾਵਾ ਤੁਸੀਂ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ, ਇਹ 3 ਦਿਨ ਤਾਂ ਤੁਸੀਂ ਵਾਈਟ ਪਾਓ ਹੀ ਪਾਓ, ਠੀਕ ਹੈ। ਜਿੰਨਾ ਜ਼ਿਆਦਾ ਵਾਈਟ ਪਾਓਗੇ ਨਾ, ਤੁਸੀਂ ਦੇਖੋਗੇ ਕਿੰਨੇ ਅੱਛੇ ਰਿਜ਼ਲਟ ਤੁਹਾਡੀ ਲਾਈਫ ਵਿੱਚ ਆਉਣੇ ਸ਼ੁਰੂ ਹੋ ਜਾਣਗੇ, ਠੀਕ ਹੈ। ਮੈਂ ਸਾਰਿਆਂ ਨੂੰ ਇਹ ਦੱਸਦੀ ਹਾਂ ਅਤੇ ਤੁਸੀਂ ਵੀ ਇਹ ਨੋਟ ਕਰਕੇ ਰੱਖ ਲਓ, ਓਕੇ, ਠੀਕ ਹੈ ਜੀ। ਆਈ ਡੋਂਟ ਅੰਡਰਸਟੈਂਡ ਪਾਇਲ ਨੰਬਰ 2 ਕਿ ਤੁਹਾਡੇ ਵਾਸਤੇ ਹੀ ਇਹ ਸਭ ਰੈਮਡੀਜ਼ ਕਿਉਂ ਆ ਰਹੀਆਂ ਹਨ, ਕਿਉਂਕਿ ਪਾਇਲ ਨੰਬਰ 1 ਵਾਸਤੇ ਮੈਂ ਨਹੀਂ ਇੰਨੀ ਰੈਮਡੀਜ਼ ਆਈਆਂ ਸਨ। ਹੁਣ ਦੇਖੋ ਤੁਹਾਡੇ ਵਾਸਤੇ ਫਿਰ ਤੋਂ ਇੱਕ ਹੋਰ ਪਰਮਾਤਮਾ ਦਾ ਮੈਸੇਜ ਆਇਆ ਹੈ ਕਿ ਚੈਰਿਟੀ ਕਰੋ। ਚੈਰਿਟੀ ਮੀਨਸ ਜਿਸ ਤਰ੍ਹਾਂ ਕਿ ਤੁਸੀਂ ਸਮਝ ਜਾਓ ਕਿ ਕੋਈ ਵੀ ਫਰਾਈਡੇ ਨੂੰ, ਠੀਕ ਹੈ, ਕਿਸੇ ਵੀ ਫਰਾਈਡੇ ਨੂੰ ਕੋਈ ਵੀ ਚਿੱਟੀ ਚੀਜ਼ ਕਿਸੀ ਸਪੈਸ਼ਲੀ ਕਿਸੀ ਮਹਿਲਾ ਨੂੰ, ਲੇਡੀ ਨੂੰ, ਜੋ ਕਿ ਬਹੁਤ ਜ਼ਿਆਦਾ ਦੇਖੋ ਗਰੀਬ ਹੈ, ਠੀਕ ਹੈ। ਹੁਣ ਸਰਦੀਆਂ ਆ ਰਹੀਆਂ ਹਨ, ਸਰਦੀਆਂ ਆਉਣ ਵਾਲੀਆਂ ਹਨ, ਤਾਂ ਜਿਸ ਤਰ੍ਹਾਂ ਕਿ ਚਿੱਟੀ ਸ਼ਾਲ ਹੋ ਗਈ, ਠੀਕ ਹੈ, ਉਸਨੂੰ ਦਿਓ ਤੁਸੀਂ ਆਪਣੀ ਪੋਕਿਟ ਦੇ ਅਕੋਰਡਿੰਗ, ਜਾਂ ਫਿਰ ਚਿੱਟੇ ਚਾਵਲ ਹੋ ਗਏ, ਚਾਵਲ ਚਿੱਟੇ ਹੁੰਦੇ ਹਨ, ਚਿੱਟੀ ਚੀਜ਼ ਮੈਂ ਤੁਹਾਨੂੰ ਕਹਿ ਰਹੀ ਹਾਂ, ਠੀਕ ਹੈ, ਜੋ ਉਸਨੂੰ ਕੰਮ ਦੀ ਵੀ ਹੋਵੇ, ਐ ਨਹੀਂ ਕਿ ਹੁਣ ਚਿੱਟੀ ਉਹਨੂੰ ਜਾ ਕੇ ਕੋਈ ਵੀ ਤੁਸੀਂ ਖੰਡ ਹੀ ਜਾ ਕੇ ਦੇ ਕੇ ਆ ਜਾਓ, ਹੈ ਨਾ, ਉਹ ਕੀ ਕਰੇਗੀ, ਖੰਡ ਦਾ ਥੋੜ੍ਹੀ ਨਾ ਖਾਏਗੀ, ਅਤੇ ਐਸੀ ਚੀਜ਼ ਜੋ ਉਹਨੂੰ ਕੰਮ ਆਵੇ, ਠੀਕ ਹੈ, ਇਹ ਤੁਸੀਂ ਜ਼ਰੂਰ ਕਰਨਾ ਪਾਇਲ ਨੰਬਰ 2। ਇਸ ਦੇ ਨਾਲ ਨਾਲ ਦਸੰਬਰ ਤੱਕ ਜਿੰਨੇ ਵੀ ਤੁਸੀਂ ਦੁੱਖ, ਜਿੰਨੇ ਵੀ ਪਰੇਸ਼ਾਨੀਆਂ, ਜੋ ਵੀ ਤੁਹਾਡੇ ਦਿਲ ਦੇ ਅੰਦਰ ਜੋ ਭਾਰ ਤੁਸੀਂ ਲੈ ਕੇ ਬੈਠੇ ਹੋ ਨਾ, ਉਸਨੂੰ ਓਵਰਕਮ ਕਰ ਜਾਓਗੇ, ਓਕੇ। ਕੋਈ ਇੱਕ ਐਸਾ ਇਨਸਾਨ ਆ ਰਿਹਾ ਹੈ, ਕੋਈ ਐਸਾ ਪਰਸਨ ਆ ਰਿਹਾ ਹੈ, ਜੇ ਤੁਹਾਨੂੰ ਆਪਣੇ ਲਵ ਰਿਲੇਸ਼ਨਸ਼ਿਪ ਵਿੱਚ ਧੋਖਾ ਮਿਲਿਆ ਹੈ, ਉਹ ਓਵਰਕਮ ਕਰ ਦੇਗਾ। ਜੇ ਤੁਹਾਨੂੰ ਮਨੀ, ਠੀਕ ਹੈ, ਕਿਸੇ ਨੇ ਧੋਖਾ ਦਿੱਤਾ ਹੈ, ਪੈਸਿਆਂ ਵਿੱਚ, ਬਿਜ਼ਨਸ ਵਿੱਚ ਧੋਖਾ ਦਿੱਤਾ ਹੈ, ਜਾਂ ਜੋਬ ਤੁਹਾਡੀ ਖਿੱਚ ਲਿੱਤੀ ਹੈ, ਠੀਕ ਹੈ, ਇਸ ਤਰ੍ਹਾਂ ਕਿ ਜੋਬ ਵਿੱਚ ਪੋਲੀਟਿਕਸ ਚਲਾ ਕੇ ਤੁਹਾਡੀ ਜੋਬ ਖਿੱਚ ਲਿੱਤੀ ਹੈ, ਠੀਕ ਹੈ, ਅਤੇ ਉਹ ਸਭ ਹੁਣ ਠੀਕ ਹੋ ਜਾਏਗਾ। ਜੇ ਕੋਈ ਪਾਰਟਨਰਸ਼ਿਪ ਦਾ ਕੰਮ ਹੈ, ਕੋਈ ਐਸਾ ਬੰਦਾ ਆਏਗਾ ਜੋ ਤੁਹਾਨੂੰ ਔਫਰ ਕਰੇਗਾ, ਠੀਕ ਹੈ, ਤਾਂ ਤੁਹਾਨੂੰ ਪਾਰਟਨਰਸ਼ਿਪ ਦਾ ਔਫਰ ਬੜਾ ਅੱਛਾ ਤੁਹਾਨੂੰ ਮਿਲਣਾ ਨਜ਼ਰ ਆ ਰਿਹਾ ਹੈ, ਠੀਕ ਹੈ। ਇਹ ਸਭ ਐਨਰਜੀਜ਼, ਮੈਨੂੰ ਨਹੀਂ ਪਤਾ ਕਿ ਇਹ ਮੈਸੇਜ ਪਹਿਲੇ ਹੀ ਮੈਂ ਤੁਹਾਨੂੰ ਕਹਿਤਾ ਸੀ ਰੀਡਿੰਗ ਵਿੱਚ ਕੀ ਆਏਗਾ, ਮੈਨੂੰ ਨਹੀਂ ਪਤਾ, ਅਤੇ ਇਹ ਮੈਸੇਜ ਆ ਰਿਹਾ ਹੈ ਪਾਇਲ ਨੰਬਰ 2 ਵਾਲਿਆਂ ਵਾਸਤੇ ਕਿ ਦਸੰਬਰ ਤੱਕ ਇਹ ਸਭ ਚੀਜ਼ਾਂ ਖਤਮ ਹੋਣ ਵਾਲੀਆਂ ਹਨ। ਤੁਸੀਂ ਜੋ ਹੁਣ ਤੱਕ ਇੰਨਾ ਆਪਣੇ ਦਿਲ ਵਿੱਚ ਦਬਾ ਕੇ ਬੈਠੇ ਹੋ ਨਾ, ਉਹਨਾਂ ਚੀਜ਼ਾਂ ਤੋਂ ਬਿਲਕੁਲ ਬਾਹਰ ਨਿਕਲ ਕੇ ਆ ਜਾਓਗੇ। ਕੋਈ ਵੀ ਦੁੱਖ ਪਰੇਸ਼ਾਨੀ ਹੁਣ ਤੁਹਾਡੇ ਨਾਲ ਹਰ ਇੱਕ ਦੇ ਨਾਲ, ਕਿਉਂਕਿ ਜਨਰਲ ਰੀਡਿੰਗ ਹੈ, ਹਰ ਕਿਸੇ ਦਾ ਦੁੱਖ, ਹਰ ਕਿਸੇ ਦੀ ਪਰੇਸ਼ਾਨੀ ਅਲੱਗ ਅਲੱਗ ਹੋਏਗੀ ਨਾ, ਠੀਕ ਹੈ ਨਾ ਪਾਇਲ ਨੰਬਰ 2। ਅਤੇ ਦੂਸਰਾ ਤੁਹਾਨੂੰ ਕਿਹਾ ਜਾ ਰਿਹਾ ਹੈ ਕਿ ਦੂਸਰਿਆਂ ਦੀ ਲਾਈਫ ਵਿੱਚ ਤੁਸੀਂ ਬਿਲਕੁਲ ਇੰਟਰਫੇਅਰ ਨਹੀਂ ਕਰਨਾ ਹੈ ਆਪਣੀ ਲਾਈਫ ਨਾਲ, ਕਿਉਂਕਿ ਕੰਪੈਰੀਜ਼ਨ ਨਹੀਂ ਕਰਨਾ ਹੈ, ਕਿਉਂਕਿ ਜਦੋਂ ਤੁਸੀਂ ਦੂਸਰਿਆਂ ਦੀ ਲਾਈਫ ਵਿੱਚ ਇੰਟਰਫੇਅਰ ਕਰੋਗੇ, ਦਖਲ ਅੰਦਾਜ਼ੀ ਕਰੋਗੇ, ਤਾਂ ਉਹਦੇ ਨਾਲ ਆਪਣੀ ਲਾਈਫ ਕੰਪੈਰੀਜ਼ਨ ਕਰੋਗੇ, ਠੀਕ ਹੈ, ਜਿਸ ਦੇ ਨਾਲ ਤੁਹਾਨੂੰ ਦੁੱਖ ਹੋਏਗਾ, ਕਿਉਂਕਿ ਤੁਹਾਡਾ ਦੁੱਖ ਦੂਰ ਹੋਣ ਵਾਲਾ ਹੈ ਸਟੈਪ ਬਾਏ ਸਟੈਪ। ਪਰ ਤੁਸੀਂ ਬੋਲੋਗੇ ਹਾਲੇ ਮੈਂ ਤਾਂ ਇੱਥੇ ਹਾਂ, ਉਹ ਕਿੰਨਾ ਉੱਪਰ ਚੜਿਆ ਹੋਇਆ ਹੈ, ਉੱਪਰ ਚੜਿਆ ਮਤਲਬ ਉਹਦੀ ਗੁੱਡੀ ਕਿੰਨੀ ਚੜੀ ਹੈ, ਉਹਦੇ ਕੋਲ ਤਾਂ ਬੜਾ ਪੈਸਾ ਹੈ, ਠੀਕ ਹੈ, ਜਾਂ ਫਿਰ ਉਹਦਾ ਰਿਲੇਸ਼ਨ ਤਾਂ ਬਹੁਤ ਅੱਛਾ ਹੈ, ਉਹ ਤਾਂ ਬਹੁਤ ਕੇਅਰਿੰਗ ਹਸਬੈਂਡ ਹੈ ਜਾਂ ਕੇਅਰਿੰਗ ਵਾਈਫ ਹੈ,
मेरे नाल तो इस तरह कुछ नहीं हो रहा, इस तरह की चीजा तुहाडे अंदर आनियां तां तुहानू क्या जा रहा है, स्पिरिचुअल ग्रोथ तुसी अपनी करनी है, परमात्मा नाल जुड़ो तो यह सब चीजा तो तुसी बहुत अगे आ जाओगे। पाइल नंबर टू, सो अंत विच तां मैनू होर इत्थे कुछ भी मैसेज नहीं नजर आ रहे हन। मैनू लगता है पाइल नंबर टू तुहाडे वास्ते अज दी रीडिंग बहुत ही ज्यादा फायदेमंद होई होएगी, क्योंकि बहुत सारी ऐसी चीजा हन जो तुहानू शायद नहीं पता सी ते परमात्मा ने तुहानू मैसेज दे के तुहानू काफी हद तक पॉजिटिव कर दिता है कि नहीं। ते अज मैनू तुसी दसना जरूर है पाइल नंबर टू कि तुहानू अज दी रीडिंग किस तरह दी लगी, रेजोनेट होई है ता रीडिंग नू लाइक करो, शेयर करो ते कमेंट जरूर करो जी। तो चलो जी हुन मैनू इजाजत दियो, मिलदी हां अगली वीडियो विच तुहाडी किसी होर परेशानी दा वधिया जिहा हल लैके।